ਗੁਰੂ ਰੂਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰੋਫੈਸਰ ਪੂਰਨ ਸਿੰਘ ਜੀ ਨੇ ਇੱਕ ਥਾਈਂ ਇਹ ਦਰਸਾਇਆ ਹੈ ਕਿ ਪ੍ਰਭੂ ਦੀ ਸੱਚੀ ਸੇਵਾ ਕੀ ਹੈ ਤੇ ਦੂਸਰੀ ਗੱਲ ਇਹ ਦਰਸਾਈ ਹੈ ਕਿ ਜੇ ਪ੍ਰਭੂ ਦੇ ਪ੍ਰੋਸੇ ਦੀ ਵਿਆਖਿਆ ਕਰਨਾ ਕਿ ਇਹ ਕੁਝ ਹੈ ਇਹ ਕੁਝ ਨਹੀਂ ਇਹ ਫੋਕੜ ਗੱਲਾਂ ਤੇ ਇਸ ਵਿਸ਼ਵਾਸ ਨੂੰ ਆਪਣੀ ਇੱਛਾ ਸ਼ਕਤੀ ਦੇ ਸੰਕਲਪ ਇਹ ਪ੍ਰਤੀਗਿਆ ਦੁਆਰਾ ਸੁਚੇਤ ਰਹਿ ਕੇ ਕਾਇਮ ਰੱਖਣਾ ਤਾਂ ਇਹ ਵੀ ਬੇਲੋੜੀ ਗੱਲ ਹੈ ਅਸਲੀ ਵਿਸ਼ਵਾਸ ਵਿੱਚ ਤਾਂ ਪ੍ਰਭੂ ਪ੍ਰੀਤਮ ਦੇ ਆਪ ਮੁਹਾਰੇ ਸਹਿਜ ਪ੍ਰੇਮ ਦੀ ਮਿਠਾਸ ਹੁੰਦੀ ਹੈ ਆਓ ਪਿਆਰ ਨਾਲ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ ਦੇਵ ਮੰਡਲ ਵਿੱਚ ਦਇਆ ਹੀ ਪ੍ਰਧਾਨ ਹੈ ਖਿਮਾ ਹੀ ਨਿਆਹ ਹੈ ਤੇ ਪ੍ਰੇਮ ਦਾ ਨੇਮ ਹੀ ਪੂਰਨ ਸੁਤੰਤਰਤਾ ਹੈ ਪਰ ਸੰਚਿਤ ਹੋਣਾ ਹੀ ਪ੍ਰਭੂ ਦੀ ਸੱਚੀ ਸੇਵਾ ਹੈ ਹਾਂਜੀ ਔਰ ਸੰਚਿਤ ਹੋਣਾ ਹੀ ਪ੍ਰਭੂ ਦੀ ਸੱਚੀ ਸੇਵਾ ਹੈ ਜੇ ਤੁਸੀਂ ਦਲੀਲ ਨਾਲ ਇਹ ਗੱਲ ਸਿੱਧ ਕਰਨੀ ਹੈ ਕਿ ਮੇਰਾ ਨਿਸ਼ਚਾ ਹੈ ਜਾਂ ਨਹੀਂ ਅਤੇ ਫਿਰ ਇਸ ਭਰੋਸੇ ਦੀ ਵਿਆਖਿਆ ਕਰਨਾ ਕਿ ਇਹ ਕੁਝ ਹੈ ਤੇ ਇਹ ਕੁਝ ਨਹੀਂ ਅਤੇ ਇਸ ਨੂੰ ਇਤਨਾ ਹੋਣਾ ਚਾਹੀਦਾ ਹੈ ਆਦੀ ਸਭ ਫੋਕਟ ਗੱਲਾਂ ਹਨ ਜੇ ਇਸ ਵਿਸ਼ਵਾਸ ਨੂੰ ਇੱਛਾ ਸ਼ਕਤੀ ਦੇ ਸੰਕਲਪ ਪ੍ਰਤਿਗਿਆ ਤੇ ਸੁਚੇਤ ਰਹਿ ਕੇ ਹੀ ਕਾਇਮ ਰੱਖਣਾ ਹੈ ਤਾਂ ਵੀ ਇਹ ਬੇਲੋੜੀ ਗੱਲ ਹੈ ਅਜੇ ਹੀ ਹਾਲਤ ਵਿੱਚ ਇਸ ਵਿੱਚ ਪ੍ਰਭੂ ਪ੍ਰੀਤਮ ਦੇ ਆਪ ਮੁਹਾਰੇ ਸਹਿਜ ਪ੍ਰੇਮ ਦੀ ਮਿਠਾਸ ਨਹੀਂ ਆ ਸਕਦੀ ਹਾਂਜੀ ਫਿਰ ਦੁਹਰਾ ਦਈਏ ਜੇ ਇਸ ਵਿਸ਼ਵਾਸ ਨੂੰ ਇੱਛਾ ਸ਼ਕਤੀ ਦੇ ਸੰਕਲਪ ਪ੍ਰਤਿਗਿਆ ਤੇ ਸੁਚੇਤ ਰਹਿ ਕੇ ਹੀ ਕਾਇਮ ਰੱਖਣਾ ਹੈ ਤਾਂ ਵੀ ਇਹ ਬੇਲੋੜੀ ਗੱਲ ਹੈ ਅਜੇ ਹੀ ਹਾਲਤ ਵਿੱਚ ਇਸ ਵਿੱਚ ਪ੍ਰਭੂ ਪ੍ਰੀਤਮ ਦੇ ਆਪ ਮੁਹਾਰੇ ਸਹਿਜ ਪ੍ਰੇਮ ਦੀ ਮਿਠਾਸ ਨਹੀਂ ਆ ਸਕਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ